ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਬੈੱਲ ਦੇ ਆਈਕਨ 'ਤੇ ਕਲਿੱਕ ਕਰੋ ਤਾਂ ਜੋ ਸਾਡੀ ਵੀਡੀਓ ਪਹੁੰਚ ਸਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ। ਹੈਲੋ ਦੋਸਤੋ, ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਬਿੰਨੂ ਢਿੱਲੋਂ ਜੀ ਦੀ ਆਉਣ ਵਾਲੀ ਨਵੀਂ ਪੰਜਾਬੀ ਫਿਲਮ ਬੈਂਡ ਬਾਜੇ ਬਾਰੇ। ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਦੇਸੀ ਪੰਜਾਬੀ ਸਵੈਗ ਹਾਲੇ ਤੱਕ ਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਕਿਉਂਕਿ ਅਸੀਂ ਇੱਦਾਂ ਦੀ ਵੀਡੀਓਸ ਲਿਆਉਂਦੇ ਰਹਿੰਦੇ ਹਾਂ। ਚਲੋ ਸ਼ੁਰੂ ਕਰਦੇ ਆਪਣੀ ਅੱਜ ਦੀ ਇਹ ਵੀਡੀਓ। ਕਾਲਾ ਸ਼ਾਹ ਕਾਲਾ ਫਿਲਮ ਦੇ ਵਧੀਆ ਰਿਸਪੌਂਸ ਨੂੰ ਦੇਖਦੇ ਹਾਂ ਬਿੰਨੂ ਢਿੱਲੋਂ ਨੇ ਆਪਣੀ ਅਗਲੀ ਫਿਲਮ ਬੈਂਡ ਬਾਜੇ ਦਾ ਟ੍ਰੇਲਰ ਜੀ ਮਿਊਜ਼ਿਕ ਕੰਪਨੀ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ ਲਾਂਚ ਕੀਤਾ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸਮੀਪ ਕੰਗ ਜੀ ਨੇ, ਜਿਨ੍ਹਾਂ ਦੀ ਡਾਇਰੈਕਸ਼ਨ ਅਸੀਂ ਪਿਛਲੇ ਸਾਲ ਦੀ ਫਿਲਮਾਂ ਵਿੱਚ ਦੇਖ ਚੁੱਕੇ ਹਾਂ, ਜਿਵੇਂ ਕਿ ਕੈਰੀਓਨ ਜੱਟਾ 2, ਲਾਮਾ ਫੇਰੇ, ਵਧਾਈਆਂ ਜੀ ਵਧਾਈਆਂ, ਜੋ 2018 ਦੀਆਂ ਸੁਪਰ ਹਿੱਟ ਫਿਲਮਾਂ ਰਹੀਆਂ, ਤੇ ਇਹਨਾਂ ਦੀ ਜ਼ਿਆਦਾਤਰ ਫਿਲਮਾਂ ਕਾਮੇਡੀ ਹੀ ਹੁੰਦੀਆਂ ਹਨ। ਹੁਣ ਗੱਲ ਕਰਦੇ ਹਾਂ ਫਿਲਮ ਦੀ ਸਟੋਰੀ ਬਾਰੇ। ਫਿਲਮ ਦੀ ਸਟੋਰੀ ਵਿੱਚ ਦਿਖਾਇਆ ਗਿਆ ਹੈ ਬਿੰਨੂ ਢਿੱਲੋਂ ਜੀ ਦਾ ਪਰਿਵਾਰ ਇੰਗਲੈਂਡ ਰਹਿੰਦਾ ਹੈ ਤੇ ਬਿੰਨੂ ਢਿੱਲੋਂ ਜੀ ਦੇ ਵਿਆਹ ਦੀ ਗੱਲ ਚੱਲ ਰਹੀ ਹੈ ਤੇ ਬਿੰਨੂ ਢਿੱਲੋਂ ਜੀ ਦੀ ਮਾਂ ਇਹ ਕਹਿੰਦੀ ਹੈ ਕਿ ਮੈਨੂੰ ਪਾਕਿਸਤਾਨੀ ਨੂੰ ਨਹੀਂ ਚਾਹੀਦੀ ਕਿਉਂਕਿ ਉਹ ਪਾਕਿਸਤਾਨ ਤੋਂ ਨਫ਼ਰਤ ਕਰਦੀ ਹੈ। ਬੋਡੀ ਚ ਕੀ ਨੁਕਸਾ ਮੈਨੂੰ ਦੱਸਿਓ, ਉਹਨੇ ਵੀ ਜਵਾਕ ਹੀ ਜੰਮਣੇ, ਕਿਹੜਾ ਬਲੂੰਗੜੇ ਜੰਮਣੇ? ਬਲੂੰਗੜੇ ਜੰਮਣ ਵਾਲੀ ਦੇ ਸਿਰ ਤੋਂ ਤਾਂ ਮੈਂ 100 ਵਾਰੀ ਪਾਣੀ ਮਾਰ ਦੂੰ, ਪਰ ਜੇ ਕਿਤੇ ਪਾਕਿਸਤਾਨੀ ਲੈ ਆ ਨਾ ਮੈਂ ਮੱਥੇ 'ਚ ਗੜਵੀ ਮਾਰਨੀ। ਬਿੰਨੂ ਢਿੱਲੋਂ ਜੀ ਦੀ ਮਾਂ ਦੇ ਰੋਲ ਵਿੱਚ ਨਜ਼ਰ ਆਣਗੇ ਨਿਰਮਲ ਰਿਸ਼ੀ ਜੀ। ਬਿੰਨੂ ਢਿੱਲੋਂ ਦਾ ਬੜਾ ਭਾਈ ਵੀ ਇਹੀ ਕਹਿੰਦਾ ਹੈ ਤੇ ਬਿੰਨੂ ਢਿੱਲੋਂ ਦੇ ਬੜੇ ਭਾਈ ਦੇ ਰੋਲ ਵਿੱਚ ਨਜ਼ਰ ਆਣਗੇ ਸਮੀਪ ਕੰਗ ਤੇ ਬਿੰਨੂ ਢਿੱਲੋਂ ਦਾ ਰਿਸ਼ਤਾ ਕਰਵਾਉਣ ਦੀ ਜ਼ਿੰਮੇਵਾਰੀ ਗੁਰਪ੍ਰੀਤ ਘੁੱਗੀ ਨੂੰ ਦਿੱਤੀ ਗਈ ਹੈ। ਜਿਹੜੀ ਸਿਰ ਤੇ ਚੁੰਨੀ ਲੈਂਦੀ ਹੋਵੇ, ਘਰ ਦੇ ਕੰਮ ਕਰਦੀ ਹੋਵੇ, ਕੱਪੜਾ ਲੀੜਾ, ਮੈਂ ਸਮਝ ਗਿਆ ਆ ਇਹਨਾਂ ਨੂੰ ਕਿਤੇ ਫੁਲਕਾਰੀ ਵਾਲੀ ਅੰਜਲੀਨਾ ਜੋਲੀ ਚਾਹੀਦੀ ਆ। ਇੰਨੇ ਗੁਣ ਤਾਂ ਕੁੰਡਲੀ 'ਚ ਨਹੀਂ ਹੁੰਦੇ ਜਿੰਨੇ ਕੁੜੀ 'ਚ ਭਾਲਦੇ ਨੇ, ਇਹੋ ਜਿਹੀ ਕੁੜੀ ਤਾਂ ਫਿਰ ਆਰਡਰ 'ਤੇ ਹੀ ਬਣਾਉਣੀ ਪੈਣੀ ਆ। ਇਹ ਸਭ ਚੱਲਦੇ ਚੱਲਦੇ ਬਿੰਨੂ ਢਿੱਲੋਂ ਨੂੰ ਮਹਿੰਦੀ ਧੱਕਣ ਨਾਲ ਪਿਆਰ ਹੋ ਜਾਂਦਾ ਹੈ ਤੇ ਇਹ ਗੱਲ ਬਿੰਨੂ ਢਿੱਲੋਂ ਗੁਰਪ੍ਰੀਤ ਘੁੱਗੀ ਨੂੰ ਦੱਸਦਾ ਹੈ ਤੇ ਗੁਰਪ੍ਰੀਤ ਘੁੱਗੀ ਇਹ ਕਹਿੰਦਾ ਹੈ ਬਟ ਇਹ ਵੀ ਪਤਾ ਲੱਗਿਆ ਆ ਕਿ ਬਿੱਲੂ ਨਾਲ ਔਖਾ ਤਾਂ ਪੇ ਮਨਾਉਣਾ ਹੀ ਆ। ਤੇ ਫਿਰ ਬਿੰਨੂ ਢਿੱਲੋਂ ਮਹਿੰਦੀ ਧੱਕੜ ਤੇ ਉਸਦੀ ਫੈਮਿਲੀ ਨੂੰ ਪਟਾਉਣ ਲਈ ਉਸਦੇ ਘਰ ਨੌਕਰ ਬਣ ਕੇ ਚਲਾ ਜਾਂਦਾ ਹੈ ਤੇ ਇਹ ਸਭ ਚੱਲਦੇ ਚੱਲਦੇ ਫਿਲਮ ਵਿੱਚ ਕਾਫੀ ਜ਼ਿਆਦਾ ਕਾਮੇਡੀ ਸੀਨਸ ਵੀ ਆਉਂਦੇ ਹਨ। ਡਿਨਰ ਦੇ ਵਿੱਚ ਕੀ ਲੋਗੇ? ਬਸ ਉੱਠਣੀ ਲੱਗਿਆ ਸੀ ਜੀ। ਉੱਠਣ ਦੀ ਕੀ ਲੋੜ ਆ? ਮਹਿੰਦੀ ਧੱਕੜ ਜਸਵਿੰਦਰ ਭੱਲੇ ਦੀ ਨਹੀਂ ਸਗੋਂ ਉਸਦੇ ਪਾਕਿਸਤਾਨੀ ਦੋਸਤ ਦੀ ਕੁੜੀ ਹੈ। ਬਿੱਲੂ ਦਾ ਹੱਥ ਮੰਗਣਾ ਆ? ਬਿੱਲੋ ਮੇਰੇ ਦੋਸਤ ਦੀ ਬੇਟੀ ਹੈ। ਉਹ ਅੱਛਾ ਅੱਛਾ, ਪੰਜਾਬ ਤੋਂ ਸਟੂਡੈਂਟ ਵੀਜ਼ੇ ਤੇ ਆਈ ਹੋਈ ਹੈ? ਆਈ ਤਾਂ ਪੰਜਾਬ ਤੋਂ ਹੀ ਆ, ਪਰ ਉਧਰ ਵਾਲੇ ਪੰਜਾਬ। ਤੇ ਫਿਰ ਬਿੰਨੂ ਢਿੱਲੋਂ ਆਪਣੇ ਘਰਦਿਆਂ ਨੂੰ ਦਿਖਾਉਂਦਾ ਹੈ ਕਿ ਮਹਿੰਦੀ ਧੱਕੜ ਜਸਵਿੰਦਰ ਭੱਲੇ ਦੀ ਹੀ ਕੁੜੀ ਹੈ। ਇਸ ਤੋਂ ਫਿਲਮ ਵਿੱਚ ਕਾਫੀ ਕਨਫਿਊਜ਼ਨ ਕ੍ਰੀਏਟ ਹੋ ਜਾਂਦੀ ਹੈ ਤੇ ਇਸ ਫਿਲਮ ਵਿੱਚ ਇੱਕ ਵਧੀਆ ਮੈਸੇਜ ਵੀ ਦਿੱਤਾ ਹੋਇਆ ਹੈ ਜੋ ਸਾਨੂੰ ਫਿਲਮ ਦੇ ਐਂਡ ਵਿੱਚ ਦੇਖਣ ਨੂੰ ਮਿਲੇਗਾ। ਜੇਕਰ ਗੱਲ ਕੀਤੀ ਜਾਵੇ ਫਿਲਮ ਦੇ ਟ੍ਰੇਲਰ ਰਿਵਿਊ ਦੀ ਤਾਂ ਟ੍ਰੇਲਰ ਦੇਖ ਕੇ ਸਾਨੂੰ ਇਹ ਲੱਗਦਾ ਹੈ ਕਿ ਫਿਲਮ ਦੀ ਸਟੋਰੀ ਠੀਕ ਠਾਕ ਹੈ ਤੇ ਇਸ ਟ੍ਰੇਲਰ ਵਿੱਚ ਕਈ ਸੀਨ ਦੂਜੀ ਕਾਮੇਡੀ ਫਿਲਮਾਂ ਤੋਂ ਕਾਪੀ ਵੀ ਕੀਤੇ ਗਏ ਹਨ, ਜਿਵੇਂ ਕਿ ਫਿਲਮ ਦੇ ਇਹ ਵਾਲੇ ਸੀਨ। ਤੇ ਇਹ ਸਭ ਦੇਖਦਿਆਂ ਅਸੀਂ ਇਸ ਫਿਲਮ ਦੇ ਟ੍ਰੇਲਰ ਨੂੰ 5 ਵਿੱਚੋਂ 3 ਸਟਾਰ ਦਿੰਦੇ ਹਾਂ। ਤੁਸੀਂ ਇਸ ਫਿਲਮ ਦੇ ਟ੍ਰੇਲਰ ਨੂੰ ਕਿੰਨੇ ਸਟਾਰ ਦੇਣਾ ਚਾਹੋਗੇ ਸਾਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਜੇਕਰ ਤੁਸੀਂ ਇਸ ਫਿਲਮ ਦਾ ਟ੍ਰੇਲਰ ਹਾਲੇ ਤੱਕ ਵੀ ਨਹੀਂ ਦੇਖਿਆ ਤਾਂ ਇੱਕ ਵਾਰ ਜ਼ਰੂਰ ਦੇਖਿਓ। ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਨੂੰ ਫੇਸਬੁੱਕ, ਇੰਸਟਾਗ੍ਰਾਮ ਤੇ ਟਵਿੱਟਰ ਤੇ ਵੀ ਜ਼ਰੂਰ ਫੋਲੋ ਕਰੋ ਜਿੱਥੇ ਅਸੀਂ ਚੈਨਲ ਦੇ ਰਿਲੇਟਡ ਅਪਡੇਟਸ ਪਾਉਂਦੇ ਰਹਿੰਦੇ ਹਾਂ, ਜਿਨ੍ਹਾਂ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਵੀ ਮਿਲ ਜਾਣਗੇ। ਅੱਜ ਦੀ ਵੀਡੀਓ ਵਿੱਚ ਇੰਨਾ ਹੀ, ਮਿਲਦੇ ਹਾਂ ਬਹੁਤ ਜਲਦੀ ਇੱਕ ਹੋਰ ਨਵੀਂ ਵੀਡੀਓ ਨਾਲ। ਧੰਨਵਾਦ। We'll be right back.